ਮੇਰਾ ਨਾਮ ਅਜ਼ੀਜ਼ ਅਹਿਮਦ ਹੈ, ਤਾਰਨ ਫੈਮਿਲੀ ਸੇ ਤਲਕ ਹੈ, ਚੱਕ ਨੰਬਰ 6 ਸ਼ਮਾਲੀ ਬਲਵਾਲ ਕਾ ਰਹਿਣੇ ਵਾਲਾ ਹੂੰ। ਬੇਸਿਕਲੀ ਮੈਂ ਡਿਪਾਰਟਮੈਂਟ ਸੇ ਰਿਟਾਇਰ ਹੂੰ, ਪੁਲਿਸ ਡਿਪਾਰਟਮੈਂਟ ਸੇ। ਅਭੀ ਮੈਨੇ ਆਪਣੀ ਕਾਸ਼ਤਕਾਰੀ ਸ਼ੁਰੂ ਕੀ ਹੈ। ਜੋ ਐਮਨੈਟ ਕੰਪਨੀ ਹੈ, ਇਹਨੂੰ ਯੇ ਇਧਰ ਇਸ ਪੇ ਖਰਚਾ ਕੀਆ ਹੈ, ਮੁਝੇ ਸਬਸਿਡੀ ਦੀ ਹੈ, ਕਾਫੀ ਸਾਰੀ ਬਿਹਤਰ ਮਾਲੂਮਾਤ ਦੀ ਹੈ, ਇਸਮੇ ਮੇਰੀ ਮਦਦ ਕੀ ਹੈ, ਇਨਕੀ ਰਹਿਨਮਾਈ ਸੇ ਯੇ ਸਭ ਕੁਛ ਹੋ ਰਹਾ ਹੈ, ਔਰ ਇਨਕੀ ਵਜ੍ਹਾ ਸੇ ਆਜ ਯੇ ਪੌਦੇ ਵਗੈਰਾ ਮੈਂ ਲਗਾ ਰਹਾ ਹੂੰ, ਔਰ ਯੇ ਉਗ ਰਹੇ ਹੈ, ਅੱਛੇ ਤਰੀਕੇ ਸੇ ਗਰੋਥ ਕਰ ਰਹੇ ਹੈ, ਔਰ ਇਨਕੀ ਮਿਹਰਬਾਨੀ। ਇਸ ਮੋਟਰ ਔਰ ਫੰਕਸ਼ਨ ਕੇ ਬਾਰੇ ਮੈਂ ਥੋੜ੍ਹਾ ਸਾ ਆਪਕੋ ਬਤਾ ਦੇਤੇ ਹੈ ਕਿ ਯੇ ਮੋਟਰ ਚੱਲ ਰਹੀ ਹੈ, ਉਨ ਪਲੇਟੋਂ ਕੀ ਮਦਦ ਸੇ ਚੱਲ ਰਹੀ ਹੈ, ਆਗੇ ਯੇ ਫੁੱਲ ਇਸਕਾ ਪ੍ਰੈਸ਼ਰ ਆ ਰਹਾ ਹੈ, ਯੇ ਆਗੇ ਫਿਲਟਰ ਹੈ, ਇਸ ਫਿਲਟਰ ਮੈਂ ਸੇ ਯੇ ਪਾਣੀ ਉੱਪਰ ਜਾਤਾ ਹੈ, ਯਹਾਂ ਸੇ ਯੇ ਨੀਚੇ, ਯਹਾਂ ਸੇ ਆਗੇ ਇਸ ਦੂਸਰੇ ਫਿਲਟਰ ਮੈਂ ਜਾਤਾ ਹੈ, ਯਹਾਂ ਪਰ ਯੇ ਖਾਦ ਦੇਣੇ ਵਾਲੀ ਬਣੀ ਹੋਈ ਹੈ, ਇਸ ਪੇ ਆਪ ਖਾਦ 2 ਕਿਲੋ ਖਾਦ 4-5 ਏਕੜ ਮੈਂ ਆਸਾਨੀ ਸੇ ਤਮਾਮ ਪੌਦੋਂ ਕੋ ਦੇ ਸਕਤੇ ਹੈ, ਯੇ ਫਿਲਟਰ ਹੈ, ਅਗਰ ਇਸ ਫਿਲਟਰ ਸੇ ਹੋਤਾ ਹੁਆ ਯੇ ਪਾਣੀ ਯਹਾਂ ਪਰ ਯੇ ਚੱਲ ਰਹਾ ਹੈ, ਆਗੇ ਸਿਸਟਮ ਯੇ ਵੀ ਚੱਲ ਰਹਾ ਹੈ, ਤੋ ਤਮਾਮ ਪੌਦੋਂ ਕੋ ਯੇ ਪਾਣੀ ਬਯਕ ਵਕਤ ਮਿਲ ਰਹਾ ਹੈ। 2 ਕਿਲੋ ਖਾਦ ਜੋ ਹੈ ਵੋ ਆਪ 600 ਪੌਦੋਂ ਕੇ ਲੀਏ ਕਾਫੀ ਹੋਤੀ ਹੈ, ਇਸਮੇ ਆਪਕੀ ਖਾਦ ਕੀ ਬਚਤ ਵੀ ਹੈ, ਇਸਮੇ ਆਪਕੀ ਵਕਤ ਕੀ ਬਚਤ ਵੀ ਹੈ, ਪਾਣੀ ਵੀ ਆਪ ਜੋ ਨੀਚੇ ਵਾਲਾ ਪਾਣੀ ਕੜਵਾ ਹੋਤਾ ਹੈ, ਯੇ ਨਹਿਰ ਕਾ ਪਾਣੀ ਇਸ ਤਲਾਬ ਮੈਂ ਜਮ੍ਹਾਂ ਕਰਕੇ ਆਪ ਆਸਾਨੀ ਕੇ ਸਾਥ ਇਸਕੋ ਪਿਲਾ ਸਕਤੇ ਹੈ ਪੌਦੋਂ ਕੋ, ਪੌਦੋਂ ਕੀ ਗਰੋਥ ਡਬਲ ਹੋਗੀ, ਜੋ ਪੌਦਾ 5 ਸਾਲ 4 ਸਾਲ ਮੈਂ ਤਿਆਰ ਹੋਤਾ ਹੈ, ਵੋ 2-2.5 ਸਾਲ ਮੈਂ ਤਿਆਰ ਹੋ ਜਾਏਗਾ, ਇਸਕਾ ਬੇਸਿਕ ਫਾਇਦਾ ਸਭ ਸੇ ਬੜਾ ਯੇ ਹੋਤਾ ਹੈ, ਤੋ ਯੇ ਮਹਿਕਮੇ ਵਾਲੋਂ ਕੀ ਮਿਹਰਬਾਨੀ ਹੈ, ਯੇ ਐਮਨੈਟ ਕੰਪਨੀ ਵਾਲੋਂ ਨੇ ਜਿਨ੍ਹਾਂ ਨੇ ਯੇ ਆਸਾਨੀ ਪੈਦਾ ਕਰ ਦੀ ਹੈ, ਵਰਨਾ ਤੋ ਗਰਮੀਓ ਕੇ ਮੌਸਮ ਮੇਂ ਇੱਕ ਪੌਦੇ ਕੋ ਪਾਣੀ ਅਗਰ 2 ਮਹੀਨੇ ਆਪ ਨਹੀਂ ਦੇ ਸਕਤੇ, ਖਾਲਸ ਪਾਣੀ ਨਹੀਂ ਦੇ ਸਕਤੇ, ਤੋ ਜ਼ਾਇਆ ਹੋ ਜਾਏਗਾ, ਯੇ ਤੋ ਗਰੋਥ ਕਰੇਗਾ 6 ਸਾਲ ਮੇਂ, ਤੋ ਆਪਕੋ ਕਿਆ ਫਾਇਦਾ ਹੁਆ, ਫਿਰ ਆਪ ਇਨਕੀ ਖੇਲੀਓ ਕੇ ਅੰਦਰ ਸਬਜ਼ੀ ਕਾਸ਼ਤ ਕਰ ਸਕਤੇ ਹੈ, ਬੇਲਦਾਰ ਸਬਜ਼ੀ, ਦੂਸਰੀ ਸਬਜ਼ੀ ਨਹੀਂ ਕਾਸ਼ਤ ਕਰ ਸਕਤੇ, ਨਾ ਹੀ ਆਪਕੋ ਯਹਾਂ ਪਰ ਗੰਦਮ ਵਗੈਰਾ ਕਮਾਦ ਵਗੈਰਾ ਕਾਸ਼ਤ ਕਰਨਾ ਚਾਹੀਏ, ਜੋ ਵੀ ਆਪਕੇ ਲੀਏ ਨੁਕਸਾਨਦੇਹ ਹੋਤਾ ਹੈ, ਯੇ ਬਹੁਤ ਅੱਛਾ ਸਿਸਟਮ ਹੈ, ਔਰ ਇਸ ਸੇ ਫਾਇਦਾ ਉਠਾਉਣਾ, ਯਹਾਂ ਪੇ ਕਮ ਪਾਣੀ ਹੈ, ਵਹਾਂ ਕੀ ਸਖ਼ਤ ਜ਼ਰੂਰਤ ਹੈ, ਅਗਰ ਨਹੀਂ ਕਰੇਗੇ ਤੋ ਪੌਦੇ ਸੂਖ ਜਾਏਂਗੇ, ਫਿਰ ਯੇ ਜੰਗਲ ਹੀ ਬਣੇਗਾ, ਇਸਮੇ ਯੇ ਅਜੀਬ ਹੈ, ਵੋ ਸਬਸਿਡੀ ਵੀ ਦੇ ਰਹੇ ਹੈ, ਆਪਣੇ ਪੱਲੇ ਸੇ ਵੀ ਕੁਛ ਲਗਾਉਣਾ ਪੜਤਾ ਹੈ ਥੋੜ੍ਹਾ ਬਹੁਤ, ਤੋ ਕਿਆ ਫਰਕ ਪੜਤਾ ਹੈ, ਠੀਕ, ਇਸਮੇ ਆਪਕੇ ਲੀ ਆਪ ਦੁਗਨੀ ਫਸਲ ਵੀ ਲੈ ਸਕਤੇ ਹੈ, ਫਾਇਦਾ ਵੀ ਲੈ ਸਕਤੇ ਹੈ, ਅਨਾਜ ਵੀ ਲੈ ਸਕਤੇ ਹੈ, ਸਬਜ਼ੀਆਤ ਵੀ ਲੈ ਸਕਤੇ ਹੈ, ਔਰ ਪੌਦੇ ਵੀ ਆਪਕੇ ਗਰੋਥ ਕਰ ਰਹੇ ਹੈ, ਤੈਅ 1 ਲੱਖ ਮੈਂ ਕਿੰਨੂ ਕਾ ਵੋ ਯੇ 2 ਲੱਖ ਮੈਂ ਬਿਕੇਗਾ, ਯੇ ਆਪਕੋ ਗਰੰਟੀ ਕੇ ਸਾਥ ਮੈਂ ਕਹਿ ਸਕਦਾ, ਕੰਪਨੀ ਕੇ ਸਰਵੇ, ਮੈਂ ਕੰਪਨੀ ਕੇ ਤਰਫ ਸੇ, ਮਹਿਕਮੇ ਕੀ ਤਰਫ ਸੇ, ਸਭ ਕੀ ਤਰਫ ਸੇ 100% ਬੁੱਤ ਮੈਨੂੰ, ਉਹਨੇ ਕਾਮ ਅੱਛਾ ਕੀਆ ਹੈ, ਜਿਸ ਵਜ੍ਹਾ ਸੇ ਆਜ ਯੇ ਨਜ਼ਾਰਾ ਲੈ ਰਹੇ ਹੈ ਹਮ ਵੀ, ਯੇ ਤਲਾਬ ਵੀ ਹੈ ਸਾਥ ਬਣਾ ਹੁਆ ਹੈ, ਇਸਮੇ ਮੈਨੇ ਮੱਛੀ ਵੀ ਡਾਲੀ ਹੋਈ ਹੈ, ਇਸਮੇ ਮੇਰੀ ਭੈਂਸੇ ਵੀ ਨਹਾਤੀ ਹੈ, ਤੋ ਯੇ ਵੀ ਅਜੀਬ ਹੀ ਇੱਕ ਮਾਹੌਲ ਹੈ, ਨਹਿਰ ਕਾ ਪਾਣੀ ਇਸਮੇ ਮੈਂ ਡਾਲ ਦੇਤਾ ਹੂੰ, ਠੀਕ ਹੈ, ਆਗੇ ਯੇ ਤਮਾਮ ਪੌਦੋਂ ਕੋ ਪੂਰਾ ਹੋ ਜਾਤਾ ਹੈ, ਇੱਕ ਹਫ਼ਤੇ ਮੈਂ 4 ਦਫ਼ਾ ਦੇ ਲੇਤਾ ਹੂੰ, ਯੇ ਪੈਨਲ ਵਾਲਾ ਸਿਸਟਮ ਬਿਹਤਰੀਨ ਹੈ, ਇਸਮੇ ਸੇ ਆਸਾਨੀ ਸੇ ਯੇ ਮੋਟਰ ਚੱਲ ਰਹੀ ਹੈ, ਬਾਕੀ ਅਗਰ ਆਪ ਆਪਕਾ ਪਾਣੀ ਨੀਚੇ ਠੀਕ ਹੈ, ਕਿਸੀ ਜਗ੍ਹਾ ਪਰ ਵੀ ਠੀਕ ਹੈ, ਯਹਾਂ ਪਰ ਬੋਰ ਕਰਕੇ ਉਹ ਆਪਣੀ ਦੀਗਰ ਫਸਲ ਕੋ ਵੀ ਪਾਣੀ ਲਗਾ ਸਕਤੇ ਹੈ, ਯੇ ਮੈਨੇ ਕਿੰਨੂ ਕਾ ਫਸਲ ਲਗਾਇਆ ਹੈ, ਜਿਸਮੇ ਮੈਨੇ ਚਾਰਾ ਕਾਸ਼ਤ ਕੀਆ ਥਾ, ਇਸ ਵਜ੍ਹਾ ਸੇ ਇਸਕੋ ਨੁਕਸਾਨ ਪਹੁੰਚਾ ਹੈ, ਅਬ ਮੈਨੇ ਯੇ ਸਿਸਟਮ ਸ਼ੁਰੂ ਕਰ ਲਿਆ, ਕਿ ਇਸਕੀ ਯੇ ਜੋ ਖੇਲੀਆਂ ਹੈ, ਇਨਮੇ ਯੇ ਸਬਜ਼ੀ ਵਗੈਰਾ ਕਾਸ਼ਤ ਕਰੋ, ਇਨਕੋ ਪਾਣੀ ਮਿਲਤਾ ਰਹੇਗਾ, ਯੇ ਆਗੇ ਖਾਲੀ ਖੇਤ ਮੈਂ ਖੁਦ ਬ ਖੁਦ ਗਰੋਥ ਦੇਤੀ ਰਹੇਗੀ, ਇਸ ਤਰ੍ਹਾਂ ਮੇਰੀ ਆਮਦਨੀ ਮੈਂ ਵੀ ਇਜ਼ਾਫਾ ਹੋਗਾ, ਔਰ ਉਹ ਪੌਦੇ ਵੀ ਸਹੀ ਗਰੋਥ ਕਰੇਂਗੇ, ਤੋ ਬਾਕੀ ਇਸ ਸਿਸਟਮ ਕੇ ਸਾਥ ਯੇ ਇੱਕ ਕਨਾਲ ਕੇ ਪਾਣੀ ਸੇ ਤਕਰੀਬਨ 5-6 ਏਕੜ ਕੋ ਸਲਾਬ ਕੀਆ ਜਾ ਸਕਤਾ ਹੈ, ਇਸਮੇ ਸਭ ਸੇ ਬੜੀ ਖੂਬੀ ਕੀ ਹੈ, ਚੂੰਕਿ ਯਹਾਂ ਕਾ ਪਾਣੀ ਨੀਚੇ ਵਾਲਾ ਪਾਣੀ ਜੋ ਹੈ ਵੋ ਕਰਾਪਸ ਕੇ ਲੀਏ ਬਿਹਤਰ ਨਹੀਂ ਹੈ, ਬਾਗ ਕੇ ਲੀਏ ਬਿਹਤਰ ਨਹੀਂ ਹੈ, ਇਸ ਲਈ ਤਲਾਬ ਕੇ ਸਾਥ ਸਟੋਰ ਕਰ ਲੇ ਪਾਣੀ, 1 ਏਕੜ ਕਾ ਪਾਣੀ ਅਗਰ ਸਟੋਰ ਕਰਤੇ ਹੈ ਤੋ 3-4 ਦਫ਼ਾ ਆਪ ਹਫ਼ਤੇ ਮੈਂ ਇਨ ਤਮਾਮ ਪੌਦੋਂ ਕੋ ਵੋ ਸਰਾਬ ਕਰ ਸਕਤੇ ਹੈ, ਉਸਕਾ ਯੇ ਬੇਸਿਕ ਫਾਇਦਾ, ਇਸ ਸੇ ਆਪ ਡਬਲ ਟ੍ਰਿਪਲ ਗੁਣਾ ਮੁਨਾਫਾ ਵੀ ਉਠਾਏਂਗੇ, ਸਬਜ਼ੀ ਸੇ ਪੈਸੇ ਵੀ ਹਾਸਲ ਕਰੇਂਗੇ, ਔਰ ਆਪਕਾ ਕਿੰਨੂ ਵੀ ਜੋ ਹੈ 4 ਸਾਲ ਮੈਂ ਵੋ 2 ਸਾਲ ਮੈਂ ਗਰੋਥ ਕਰ ਜਾਏਗਾ, ਇਸਮੇ ਆਪਕੋ ਬਿਹਤਰ ਯੇ ਫਾਇਦਾ ਹੋਗਾ, ਬਹੁਤ ਜ਼ਿਆਦਾ ਫਾਇਦਾ ਹੋਗਾ, ਪਾਣੀ ਕੀ ਵੀ ਬੱਚਤ ਹੋਗੀ, 1-2 ਕਿਲੋ ਖਾਦ ਬਯਕ ਵਕਤ ਤਮਾਮ ਪੌਦੋਂ ਕੋ ਆਪ ਦੇ ਸਕਤੇ ਹੈ, ਯੇ ਦੇਖਾ ਯੇ ਮੈਨੇ ਇਸਕੇ ਖੇੜੀ ਕੇ ਬੀਚ ਮੈਂ ਯੇ ਲਗਾਈ ਹੈ, ਸਬਜ਼ੀ ਕਾਸ਼ਤ ਕੀ ਹੈ, ਯੇ ਅਬ ਗਰੋਥ ਕਰ ਰਹੀ ਹੈ, ਯੇ ਸਾਈਡ ਪੇ ਨਿਕਲੇਗੀ, ਇਨਕੀ ਬੇਲ ਨਿਕਲੇਗੀ, ਲੇਕਿਨ ਇੱਕ ਚੀਜ਼ ਕਾ ਖਿਆਲ ਰੱਖਣਾ ਹੈ, ਸਬਜ਼ੀ ਜੋ ਬੇਲਦਾਰ ਹੋਣੀ ਚਾਹੀਏ, ਭਿੰਡੀ ਤੋਰੀ ਵਗੈਰਾ ਨਹੀਂ ਕਾਸ਼ਤ ਕਰਨੀ ਹੈ,
उससे आपको नुकसान होगा। गंदम काश्त नहीं करनी है, गंदम से आपको कटाई के वक्त आप कटाई नहीं कर सकते, पौधों को पानी नहीं दे सकते, पानी अंदर वाला बाहर वाला मिक्स हो जाता है, वो आपको आपके पौधों का भी नुकसान करेगा, बाकी फसल का भी नुकसान करेगा, इससे आपको परेशानी होगी। उससे भी बचना है, अभी ये चल रहा है सिस्टम, इसी तरह मैंने सब्ज़ी काश्त करवा रहा हूँ बाकी मंदा में भी, आगे से गन्नम वगैरह फसल मैंने लूसन ये काश्त किया हुआ था, ये सबका कुछ खड़ा हुआ भी है इधर साइड पे, मैंने हल चलाया, इसने पौधों की ग्रोथ नहीं होने दी सही तरीके से।